संत बाबा अतर सिंह जी खालसा कॉलेज संदौड़ जिला संगरूर विखे संत अतर सिंह जी महाराज मस्तना साहब वाले अते संत बाबा बलवंत सिंह जी महाराज सरसा सिहोड़े वालियां दी याद विच सालाना समागम बहुत ही श्रद्धा नाल करवाया गया। कॉलेज कमेटी दे जनरल सकत्तर ज्ञानी बाबू सिंह जी रिटायर्ड प्रिंसीपल दी देखरेख हेठ समूह स्टाफ ਅਤੇ ਸਮੁੱਚੀ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਅਰੰਭੇ ਪਾਠਾਂ ਦੇ ਭੋਗ ਪਾਏ ਗਏ। ਵੱਖ ਵੱਖ ਮਹਾਂਪੁਰਸ਼ ਭਾਈ ਚਰਨਜੀਤ ਸਿੰਘ ਜੀ ਭੋਗੀਵਾਲ, ਬਾਬਾ ਬਲਜੀਤ ਦਾਸ ਜੀ ਕੋਹਲੀ, ਸੰਤ ਜਸਦੇਵ ਸਿੰਘ ਜੀ ਲੋਹਟਵੱਦੀ, ਬਾਬਾ ਹਰਜਿੰਦਰ ਸਿੰਘ ਜੀ ਮੰਝਪੁਰ ਵਾਲਿਆਂ ਨੇ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਚਰਨਾਂ ਦੀ ਮਾਜ ਬੜੀ ਵਾਹਿਗੁਰੂ ਰੱਖਿਓ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮਾਜ ਬੜੀ ਦਰਸ਼ਨ ਦੇਖਣੇ ਕਾ ਚਾਓ ਮਨ ਵੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ ਪਿਆ ਦੇਖਣੇ ਕਾ ਚਾਓ ਦੇਖਣੇ ਕਾ ਜਾਓ ਦਰਸ਼ਨ ਦੇਖਣੇ ਕਾ ਜਾਓ ਪਰਉਪਕਾਰੀ ਪਰਉਪਕਾਰੀ ਪਰਉਪਕਾਰੀ
ਨਾਮ ਦੀ ਲੁੱਟ ਰਾਮ ਨਾਮ ਦੀ ਤੈਨੇ ਬੁਲਾਏ ਜਿਨ ਤੁਮ ਭੇਜ ਜੀ ਤੈਨੇ ਬੁਲਾਏ ਤੈਨੇ ਬੁਲਾਏ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਹੁਕਮਨਾਮੇ ਲੈਣ ਉਪਰੰਤ ਪੁੱਜੇ ਮਹਾਂਪੁਰਸ਼ਾਂ ਦਾ ਸਰੋਪਾਉ ਦੇ ਕੇ ਸਨਮਾਨ ਵੀ ਕੀਤਾ ਗਿਆ, ਜਿਨ੍ਹਾਂ ਵਿੱਚ ਮਹੰਤ ਕੇਸਰਦਾਸ ਜੀ ਕੰਗਣਵਾਲ, ਭਾਈ ਕੁਲਦੀਪ ਸਿੰਘ ਜੀ ਮੋਨੀ, ਭਾਈ ਦਰਸ਼ਨ ਸਿੰਘ ਜੀ ਲਵਾਣਾ, ਸਰਦਾਰ ਬਹਾਦਰ ਸਿੰਘ ਸਾਬਕਾ ਸਰਪੰਚ ਰੋੜੇਵਾਲ, ਸਰਦਾਰ ਸੁਰਜੀਤ ਸਿੰਘ ਰੋੜੇਵਾਲ, ਸਮੂਹ ਜਥੇਦਾਰ ਸਾਹਿਬਾਨ, ਕਮੇਟੀ ਅਹੁਦੇਦਾਰ ਸੁਖਵਿੰਦਰ ਸਿੰਘ, ਸਰਦਾਰ ਕਰਮਜੀਤ ਸਿੰਘ ਜੀ ਜਨਾਬ, ਸਰਦਾਰ ਲਾਭ ਸਿੰਘ ਜੀ ਸੰਦੌੜ, ਪ੍ਰਿੰਸੀਪਲ ਡਾਕਟਰ ਪਰਮਜੀਤ ਕੌਰ ਅਤੇ ਸਮੂਹ ਸਟਾਫ ਵੀ ਹਾਜ਼ਰ ਸਨ। ਵਾਹਿਗੁਰੂ 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 ਸਾਡੇ ਰਿਪੋਰਟਰ ਗੌਰਵਗੜ੍ਹ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਰਿਟਾਇਰਡ ਪ੍ਰਿੰਸੀਪਲ ਗਿਆਨੀ ਬਾਬੂ ਸਿੰਘ ਜੀ ਨੇ ਆਪਣੇ ਵਿਚਾਰ ਰੱਖੇ। ਅੱਜ ਅਸੀਂ ਇਸ ਕਾਲਜ ਦੇ ਵਿੱਚ ਦੋ ਮਹਾਂਪੁਰਖਾਂ ਦੀ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਨਾਂ 'ਤੇ ਕਾਲਜ ਹੈ, ਔਰ ਸੰਤ ਬਾਬਾ ਬਲਵੰਤ ਸਿੰਘ ਜੀ ਸਿਰਸਾ ਛਿਆਉੜਾ ਸਾਹਿਬ ਵਾਲੇ ਜਿਨ੍ਹਾਂ ਨੇ ਇਹ ਕਾਲਜ ਬਣਵਾਇਆ, ਉਹਨਾਂ ਦੋਹਾਂ ਮਹਾਂਪੁਰਖਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਾਇਆ ਕਾਲਜ ਦੇ ਵਿੱਚ। ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ। ਅਖੰਡ ਪਾਠ ਦੇ ਭੋਗ ਸਮੇਂ ਇਲਾਕੇ ਦੀਆਂ ਬਹੁਤ ਦੂਰ ਦੂਰ ਤੋਂ ਸੰਗਤਾਂ ਆਈਆਂ ਨੇ, ਮਹਾਂਪੁਰਖ ਵੀ ਜਿਵੇਂ ਸੰਤ ਮਨਜਿੰਦਰ ਸਿੰਘ ਜੀ ਮੰਝਪੁਰ, ਸੰਤ ਕੇਸ਼ਰਦਾਸ ਜੀ ਕੰਗਣਵਾਲ, ਸੰਤ ਬਲਜੀਤ ਦਾਸ ਜੀ ਕੂਲੀ, ਇਸ ਤਰ੍ਹਾਂ ਹੋਰ ਬਹੁਤ ਸਾਰੇ ਮਹਾਂਪੁਰਖ ਆਏ ਹਨ। ਇਹ ਸਾਰਾ ਪ੍ਰੋਗਰਾਮ ਵਿਦਿਆਰਥੀਆਂ ਦੇ ਉੱਦਮ ਨਾਲ, ਸਹਿਯੋਗ ਨਾਲ ਹੋਇਆ, ਔਰ ਗੁਰੂ ਕਾ ਅਤੁੱਟ ਲੰਗਰ ਵਰਤਿਆ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ। ਸਾਰੀ ਸੰਗਤ ਖੁਸ਼ ਹੋ ਕੇ ਗਈ ਹੈ। ਸੋ ਅਜਿਹੇ ਮਹਾਂਪੁਰਖਾਂ ਦਾ ਦਿਨ ਮਨਾ ਕੇ ਸਾਨੂੰ ਵੀ ਖੁਸ਼ੀ ਹੁੰਦੀ ਹੈ, ਆਨੰਦ ਪ੍ਰਾਪਤ ਹੁੰਦਾ, ਕਿਉਂਕਿ ਜਿਨ੍ਹਾਂ ਮਹਾਂਪੁਰਖਾਂ ਨੇ ਆਪਣਾ ਜੀਵਨ ਵਿੱਦਿਅਕ ਸੰਸਥਾਵਾਂ ਬਣਾਉਣ 'ਚ, ਉਹਨਾਂ ਦੀ ਸੇਵਾ ਕਰਾਉਣ 'ਚ ਬਤੀਤ ਕੀਤਾ ਹੈ, ਅਜਿਹੇ ਮਹਾਂਪੁਰਖਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ। ਇਸ ਸਮੇਂ 'ਤੇ ਜਿੰਨੀਆਂ ਵੀ ਸੰਗਤਾਂ ਆਈਆਂ ਉਹਨਾਂ ਦਾ ਧੰਨਵਾਦ ਕੀਤਾ, ਵਿਦਿਆਰਥੀਆਂ ਦਾ, ਸਟਾਫ ਦਾ, ਜਿਹਨੇ ਵੀ ਇਸ 'ਤੇ ਯੋਗਦਾਨ ਪਾਇਆ, ਸਭ ਦਾ ਹੀ ਬਹੁਤ ਧੰਨਵਾਦ ਕੀਤਾ। ਵਾਹਿਗੁਰੂ ਕਿਰਪਾ ਕਰੇ, 13 ਨਵੰਬਰ ਨੂੰ ਇਸ ਕਾਲਜ ਦੀ ਨੀਂਹ ਰੱਖੀ ਨੂੰ 50 ਸਾਲ ਹੋ ਜਾਣਗੇ। 13 ਨਵੰਬਰ ਐਤਕੀ 2020 ਨੂੰ ਇਹਦੀ ਗੋਲਡਨ ਜੂਬਲੀ ਵੀ ਮਨਾਉਣੀ ਹੈ। ਉਦੋਂ ਨੂੰ ਵੀ ਬੇਨਤੀ ਆ ਸੰਗਤਾਂ ਇਸੇ ਤਰ੍ਹਾਂ ਵੱਧ ਚੜ੍ਹ ਕੇ ਸੇਵਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਵੇਲ ਕੇ ਛਕਿਆ। ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301।